ਲਕਸ਼ਮੀ ਨੇ ਪੁੱਛਿਆ ਕਿ ਅੱਜ ਦੇ ਦਿਨ ਮਾਇਆ ਗੁਰੂ ਦੇ ਚਰਨਾਂ ਚ ਪੇਟ ਕਰੋ, ਧਰਮ ਦੇ ਲੇਖੇ ਲਾਓ, ਮਾਇਆ ਨੂੰ ਪਵਿੱਤਰ ਕਰੋ। ਅੱਜ ਦੇ ਦਿਨ ਵੱਧ ਤੋਂ ਵੱਧ ਮਾਇਆ ਪਵਿੱਤਰ ਕਰੋ, ਧਰਮ ਦੇ ਲੇਖੇ ਲਾ ਕੇ ਗੁਰੂ ਦੇ ਚਰਨਾਂ ਵਿੱਚ ਪੇਟ ਕਰਕੇ। ਇਹ ਲਕਸ਼ਮੀ ਪੂਜਾ ਹੈ, ਬਾਕੀ ਲਕਸ਼ਮੀ ਪੂਜਾ ਨੀ। ਜਿਹੜੇ ਲੋਕ ਰਾਤ ਨੂੰ ਦਰਵਾਜ਼ੇ ਖੋਲ ਕੇ ਰੱਖਦੇ ਵੀ ਸਾਡੇ ਘਰ ਲਕਸ਼ਮੀ ਨੇ ਗੇੜਾ ਮਾਰਨਾ, ਉਹਨਾਂ ਘਰੇ ਮਾਇਆ ਨੀ ਪਈ ਹੋਈ। ਜਦੋਂ ਉਹਨਾਂ ਘਰਾਂ ਵਿੱਚ ਮਾਇਆ ਹੈਗੀ ਹੈ, ਫਿਰ ਹੋਰ ਕਿਹੜੀ ਲਕਸ਼ਮੀ ਨੇ ਆਉਣਾ? ਫਿਰ ਮਾਇਆ ਪਰਮੇਸ਼ਵਰ ਦੀ ਇਹੀ ਮਾਇਆ ਨਾ ਲਕਸ਼ਮੀ, ਜਿਹਨੂੰ ਗੁਰੂ ਦੇ ਚਰਨਾਂ ਵਿੱਚ ਭੇਟਾ ਕਰਕੇ ਇਹ ਲਕਸ਼ਮੀ ਪੂਜਾ। ਸੁਰਮਤ ਅਨੁਸਾਰ ਅਸਲੀ ਲਕਸ਼ਮੀ ਪੂਜਾ, ਜਿਹੜਾ ਵੀ ਇਸ ਮਾਇਆ ਦੀ ਪੂਜਾ ਕਰੇਗਾ ਉਹਨੂੰ ਮਾਇਆ ਖਾ ਜਾਏਗੀ। ਜਿਹੜੇ ਲਕਸ਼ਮੀ ਦੀ ਪੂਜਾ ਕਰਨਗੇ ਨਾ ਲਕਸ਼ਮੀ ਦੀ, ਉਹਨਾਂ ਨੂੰ ਲਕਸ਼ਮੀ ਖਾ ਜਾਏਗੀ। ਗੁਰਬਾਣੀ ਚ ਲਿਖਿਆ ਤੇ ਮਾਇਆ ਨੂੰ ਗਲਤ ਥਾਵਾਂ ਤੇ ਲਾਉਣਾ, ਮਾਇਆ ਦੀ ਦੁਰਵਰਤੋਂ ਕਰਨੀ। ਜਿਹੜੇ ਲਕਸ਼ਮੀ ਗੁਰੂ ਘਰ ਭੇਟਾ ਕਰਦੇ ਆ ਉਹਨਾਂ ਦੀ ਲਕਸ਼ਮੀ ਦੀ ਖੁਸ਼ੀ ਹੋਵੇ। ਲਕਸ਼ਮੀ ਦੀ ਪੂਜਾ ਹੈ, ਗੁਰੂ ਲਕਸ਼ਮੀ ਨੂੰ ਪਵਿੱਤਰ ਕਰੋ, ਭਲੇ ਪਾਸੇ ਲਾਓ ਮਾਇਆ ਨੂੰ। ਵਿਸ਼ਕਰਮਾ ਡੇ ਵਾਲੇ ਦਿਨ ਹਰ ਮਿਸਤਰੀ ਨੂੰ ਆਪਣੇ ਹਥਿਆਰਾਂ ਦੇ ਨਾਲ ਗੁਰੂ ਘਰ ਵਿੱਚ ਜਾ ਕੇ ਸੇਵਾ ਕਰਨੀ ਚਾਹੀਦੀ ਹੈ, ਤਾਂ ਵਿਸ਼ਕਰਮਾ ਡੇ ਮਨਾਇਆ ਜਾਏਗਾ। ਇਹਨਾਂ ਨੂੰ ਧੂਫਾ ਦੇਣੀ ਹੈ, ਇਹਨਾਂ ਨੂੰ ਮੱਥੇ ਟੇਕਣੇ, ਇਹ ਵਿਸ਼ਕਰਮਾ ਡੇ ਨਹੀਂ। ਇਹਨਾਂ ਨੂੰ ਸ਼ੁੱਧ ਪਵਿੱਤਰ ਨਾਲ ਇਸ਼ਨਾਨ ਪਾਣੀ ਕਰਕੇ ਸਭ ਆਪਣੇ ਸੰਤਾਂ ਨੂੰ ਤੇ ਮਿਸਤਰੀ ਸਿੰਘ ਗੁਰੂ ਘਰ ਸੇਵਾ ਕਰਨ ਵਿਸ਼ਕਰਮਾ ਡੇ ਵਾਲੇ ਦਿਨ ਤੇ ਉਹਨਾਂ ਦਾ ਵਿਸ਼ਕਰਮਾ ਡੇ ਮਨਾਇਆ ਸਭ ਨੇ। ਜਿਹੜੇ ਵਿਸ਼ਕਰਮਾ ਡੇ ਵਾਲੇ ਦਿਨ ਸੰਤਾਂ ਦੀ ਪੂਜਾ ਕਰਕੇ ਤੇ ਸਾਰਾ ਦਿਨ ਗਲਤ ਕੰਮ ਕਰਦੇ ਆ, ਵਿਸ਼ਕਰਮਾ ਡੇ ਨਹੀਂ ਮਨਾਉਂਦੇ, ਉਹ ਵਿਸ਼ਕਰਮਾ ਦੀ ਬੇਅਦਬੀ ਕਰਦੇ ਆ। ਘਰ ਦੇ ਵਿੱਚ ਸਤਸੰਗ ਕਰੋ, ਨਾਮ ਜਪੋ, ਬਾਣੀ ਪੜ੍ਹੋ, ਕੀਰਤਨ ਕਰੋ, ਘਰ ਵਿੱਚ ਨਾਰਾਇਣ ਦੀ ਪੂਜਾ ਕਰੋ, ਨਾਰਾਇਣ ਦੀ ਸੇਵਾ ਕਰੋ। ਲਕਸ਼ਮੀ ਆਪੇ ਤੁਹਾਡੇ ਘਰ ਚ ਦੀਵਾਲੀ ਵਾਲੇ ਦਿਨ ਗੇੜਾ ਮਾਰੇਗੀ। ਤੇ ਲਕਸ਼ਮੀ ਦੀ ਪੂਜਾ ਕਰਨੀ ਹੈ ਤੇ ਲਕਸ਼ਮੀ ਨੂੰ ਗੁਰੂ ਘਰ ਜਾ ਕੇ ਪਵਿੱਤਰ ਕਰੋ, ਗੁਰੂ ਘਰ ਦੇ ਸੰਬੰਧ ਦਿਓ, ਭਲੇ ਹੱਥ ਲਾਓ। ਇਹ ਤੁਹਾਡੀ ਲਕਸ਼ਮੀ ਪੂਜਾ ਹੈ। ਗੁਰੂ ਗੁਰਮਤ ਅਨੁਸਾਰ ਵਿਸ਼ਕਰਮਾ ਦੇ ਸਾਰਾ ਦਿਨ ਗੁਰੂ ਘਰ ਚ ਸੇਵਾ ਕਰੋ, ਸੰਤਾਂ ਦੀ ਪੂਜਾ ਕਰਕੇ ਉਹਨਾਂ ਦੇ ਇਸ਼ਨਾਨ ਕਰਕੇ ਧੂਮਬੱਤੀ ਲੈ ਕੇ ਤੇ ਸੰਤ ਦੁਨੀਆਂ ਦੇ ਪਾਸੇ ਨੀ ਵਰਤਣੇ, ਤਾਂ ਵਿਸ਼ਕਰਮਾ ਡੇ ਆ ਕੇ ਗੁਰੂ ਵਾਲੇ ਪਾਸੇ ਵਰਤੋ, ਵਿਸ਼ਕਰਮਾ ਦੀ ਖੁਸ਼ੀ ਮਿਲਦੀ। ਸੰਤ ਬਾਬਾ ਸੁਖਦੇਵ ਸਿੰਘ ਜੀ ਸ਼੍ਰੀ ਭੁੱਚੋ ਸਾਹਿਬ ਵਾਲਿਆਂ ਦੀਆਂ ਹੋਰ ਵੀ ਨਵੀਆਂ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰੋ।